ਤਾਂ ਵੱਡੀ ਖਬਰ ਆ ਰਹੀ ਹੈ, ਇੱਕ ਤੇਲ ਨਾਲ ਭਰੇ ਟੈਂਕਰ ਨੂੰ ਭਿਆਨਕ ਅੱਗ ਲੱਗੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀਟੀ ਰੋਡ ਦੀਆਂ ਨੇ, ਖੰਨਾ ਨੇੜੇ ਦੀਆਂ, ਜਿੱਥੇ ਇੱਕ ਤੇਲ ਨਾਲ ਭਰੇ ਟੈਂਕਰ ਨੂੰ ਭਿਆਨਕ ਅੱਗ ਲੱਗੀ ਹੈ, ਜਿਸ ਕਾਰਨ ਹਾਹਾਕਾਰ ਮਚੀ ਹੈ, ਆਫੜਾ ਦਫੜੀ ਮਚੀ ਹੈ, ਟ੍ਰੈਫਿਕ ਪ੍ਰਭਾਵਿਤ ਹੋਈ ਹੈ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚੀਆਂ ਨੇ, ਪਰ ਤਸਵੀਰਾਂ ਬੇਹੱਦ ਭਿਆਨਕ ਨੇ, ਰੂਹ ਕੰਬਾਊ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਜਿਹੜਾ ਤੇਲ ਨਾਲ ਭਰਿਆ ਟੈਂਕਰ ਜਾ ਰਿਹਾ ਸੀ ਤਾਂ ਅਚਾਨਕ ਇਹ ਅੱਗ ਲੱਗ ਗਈ ਹੈ। ਇਹ ਖੰਨਾ ਨੇੜੇ ਦੀ ਖਬਰ ਹੈ, ਦੱਸ ਦਈਏ ਕਿ ਜੀਟੀ ਰੋਡ 'ਤੇ ਇਹ ਅੱਗ ਲੱਗੀ ਹੈ, ਡੀਜ਼ਲ ਦੇ ਨਾਲ ਭਰਿਆ ਦੱਸਿਆ ਜਾ ਰਿਹਾ ਹੈ ਇਹ ਟੈਂਕਰ ਜੋ ਜਾ ਰਿਹਾ ਸੀ, ਜਿਸ ਦੇ ਦੌਰਾਨ ਜਦੋਂ ਜਾ ਰਿਹਾ ਸੀ ਤਾਂ ਅਚਾਨਕ ਇਸ ਨੂੰ ਅੱਗ ਲੱਗ ਗਈ ਅਤੇ ਅੱਗ ਇੰਨੀ ਭਿਆਨਕ ਸੀ ਕਿ ਦੇਖਦਿਆਂ ਹੀ ਦੇਖਦਿਆਂ ਪੂਰਾ ਤੇਲ ਨਾਲ ਭਰਿਆ ਟੈਂਕਰ ਜਿਹੜਾ ਹੈ ਉਹ ਸੜ ਕੇ ਸਵਾਹ ਹੋ ਗਿਆ। ਜਦੋਂ ਤੱਕ ਇਹ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਉਦੋਂ ਤੱਕ ਸਭ ਕੁਝ ਰਾਖ ਹੋ ਗਿਆ ਸੀ। ਦੱਸਿਆ ਇਹ ਜਾ ਰਿਹਾ ਹੈ ਕਿ ਖੰਨਾ ਦੇ ਬੱਸ ਸਟੈਂਡ ਦੇ ਨੇੜੇ ਇਹ ਅੱਗ ਲੱਗੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਨੇ, ਜਿਨ੍ਹਾਂ 'ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਉਂਕਿ ਡੀਜ਼ਲ ਸੀ ਤਾਂ ਇਸ ਕਰਕੇ ਤੇਲ ਜਿਹੜਾ ਹੈ ਉਸ ਦੀ ਅੱਗ ਜਿਹੜੀ ਆ ਉਹ ਬਹੁਤ ਤੇਜ਼ੀ ਦੇ ਨਾਲ ਭੜਕ ਗਈ। ਅਤੇ ਹਾਲਾਂਕਿ ਜਿਹੜਾ ਇਹ ਭੀੜ ਭਾੜ ਵਾਲਾ ਇਲਾਕਾ ਹੈ, ਪਰ ਫਲਾਈਓਵਰ ਸੀ ਜਿਸ ਕਾਰਨ ਨੁਕਸਾਨ ਜਿਹੜਾ ਹੈ ਉਹਨਾਂ ਨਹੀਂ ਹੋਇਆ, ਪਰ ਤੇਲ ਦਾ ਜਿਹੜਾ ਟੈਂਕਰ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸਵਾਹ ਹੋ ਗਿਆ। ਕਿਉਂਕਿ ਜੀਟੀ ਰੋਡ 'ਤੇ ਅਕਸਰ ਤੁਸੀਂ ਦੇਖਦੇ ਹੋ ਕਿ ਅੱਗੇ ਪਿੱਛੇ ਜਿਹੜੀਆਂ ਨੇ ਉਹ ਗੱਡੀਆਂ ਜਾ ਰਹੀਆਂ ਹੁੰਦੀਆਂ ਨੇ ਅਤੇ ਉਸ ਦੇ ਨਾਲ ਵੱਡਾ ਹਾਦਸਾ ਜਿਹੜਾ ਉਹ ਵੀ ਵਾਪਰ ਸਕਦਾ ਸੀ, ਪਰ ਇਹ ਫਲਾਈਓਵਰ 'ਤੇ ਸੀ ਜਿਹੜਾ ਇਹ ਤੇਲ ਨਾਲ ਭਰਿਆ ਟੈਂਕਰ ਸੀ। ਹਾਲਾਂਕਿ ਅੱਗ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਸ ਕਾਰਨ ਲੱਗੀ ਹੈ, ਪਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ, ਭਿਆਨਕ ਤਸਵੀਰਾਂ ਨੇ ਜਿੱਥੇ ਇੱਕ ਪਾਸੇ ਦੱਸ ਦਈਏ ਕਿ ਤੇਲ ਦੀ ਕਿੱਲਤ ਆਈ ਹੈ ਅਤੇ ਲੋਕ ਜਿਹੜੇ ਨੇ ਪੈਟਰੋਲ ਪੰਪਸ 'ਤੇ ਲਾਈਨਾਂ ਲਾ ਲਾ ਕੇ ਖੜ੍ਹੇ ਨੇ, ਉੱਥੇ ਇਹ ਤੇਲ ਦੇ ਟੈਂਕਰ ਨੂੰ ਅਚਾਨਕ ਅੱਗ ਲੱਗੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ, ਹਾਲਾਂਕਿ ਮੁੱਢਲੀ ਜਾਣਕਾਰੀ ਹੈ ਕਿ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਅੱਗ ਲੱਗੀ ਹੈ। ਤਾਂ ਵੱਡੀ ਖਬਰ ਹੈ ਖੰਨਾ ਦੇ ਨੇੜੇ ਜੀਟੀ ਰੋਡ 'ਤੇ, ਜਿੱਥੇ ਇਹ ਇੱਕ ਤੇਲ ਨਾਲ ਭਰੇ ਟੈਂਕਰ ਨੂੰ ਅੱਗ ਲੱਗ ਗਈ ਹੈ। ਅੱਗ ਦੇਖ ਸਕਦੇ ਹੋ ਤੁਸੀਂ ਕਿਵੇਂ ਧੂੰਏ ਦੇ ਗੁਬਾਰ ਉੱਠ ਰਹੇ ਨੇ, ਕਿਵੇਂ ਅੱਗ ਦੇ ਭਾਂਬੜ ਮੱਚੇ ਨੇ, ਕਿਵੇਂ ਜਿਹੜੀ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਤੇਲ ਦਾ ਟੈਂਕਰ ਪਲਟ ਗਿਆ ਜਿਸ ਦੌਰਾਨ ਇਹ ਅੱਗ ਲੱਗੀ ਹੈ, ਤਾਂ ਇੱਕ ਪਾਸੇ ਜਿੱਥੇ ਤੇਲ ਦੀ ਕਿੱਲਤ ਵੀ ਆ ਰਹੀ ਹੈ ਉੱਥੇ ਪਾਸੇ ਇਹ ਭਿਆਨਕ ਜਿਹੜਾ ਇਹ ਹਾਦਸਾ ਵਾਪਰਿਆ ਹੈ, ਜਿੱਥੇ ਅਚਾਨਕ ਪਹਿਲਾਂ ਐਕਸੀਡੈਂਟ ਹੁੰਦਾ ਹੈ ਜਿਸ ਤੋਂ ਬਾਅਦ ਤੇਲ ਦੇ ਟੈਂਕਰ ਨੂੰ ਅੱਗ ਲੱਗ ਜਾਂਦੀ ਹੈ। ਖੰਨਾ ਜੀਟੀ ਰੋਡ 'ਤੇ ਇਹ ਅੱਗ ਲੱਗੀ ਹੈ ਫਲਾਈਓਵਰ 'ਤੇ। ਹਾਲਾਂਕਿ ਜੇਕਰ ਇਹ ਹੇਠਾਂ ਜਾ ਰਿਹਾ ਹੁੰਦਾ ਤਾਂ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਸੀ, ਪਰ ਕਿਉਂਕਿ ਫਲਾਈਓਵਰ 'ਤੇ ਸੀ ਅਤੇ ਦੱਸਿਆ ਇਹ ਜਾ ਰਿਹਾ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਉਸ ਦੇ ਮੁਤਾਬਕ ਕਿ ਪਹਿਲਾਂ ਐਕਸੀਡੈਂਟ ਹੁੰਦਾ, ਡੀਜ਼ਲ ਦਾ ਜਿਹੜਾ ਭਰਿਆ ਟੈਂਕਰ ਹੈ ਉਹ ਪਲਟ ਜਾਂਦਾ ਹੈ, ਜਿਸ ਤੋਂ ਬਾਅਦ ਅਚਾਨਕ ਜਿਹੜਾ ਉਹ ਪਲਟ ਜਾਂਦਾ, ਅੱਗ ਲੱਗ ਜਾਂਦੀ ਹੈ। ਹਾਲਾਂਕਿ ਦੋਵਾਂ ਪਾਸਿਆਂ ਤੋਂ ਜੀਟੀ ਰੋਡ 'ਤੇ ਜਿਹੜੀ ਆਵਾਜਾਈ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਜਿਹੜੀ ਜੀਟੀ ਰੋਡ 'ਤੇ ਜਿੰਨੀ ਵੀ ਆਵਾਜਾਈ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਜੀਟੀ ਰੋਡ 'ਤੇ ਭਿਆਨਕ ਜਿਹੜੇ ਅੱਗ ਦੇ ਭਾਂਬੜ ਹੈ ਉਹ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਨੇ ਜੋ ਆਵਾਜਾਈ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਸੁਚਾਰੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਅੱਗ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਬਿਲਕੁਲ ਜਿਹੜੀਆਂ ਨੇੜੇ ਦੀਆਂ ਤਸਵੀਰਾਂ ਨੇ ਕਿ ਕਿਵੇਂ ਖੰਨਾ ਨੇੜੇ ਇੱਕ ਤੇਲ ਨਾਲ ਭਰਿਆ ਟੈਂਕਰ ਹੈ ਹਾਦਸੇ ਦਾ ਸ਼ਿਕਾਰ ਹੁੰਦਾ, ਭਿਆਨਕ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਮੌਕੇ 'ਤੇ ਪਹੁੰਚਦੀਆਂ ਨੇ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਪਰ ਅੱਗ ਇੰਨੀ ਭਿਆਨਕ ਸੀ ਕਿ ਉਸਨੇ ਬਿਲਕੁਲ ਬੁਰੀ ਤਰ੍ਹਾਂ ਸਭ ਕੁਝ ਰਾਖ ਕਰ ਦਿੱਤਾ। ਹਾਲਾਂਕਿ ਫਲਾਈਓਵਰ ਤੁਸੀਂ ਦੇਖ ਸਕਦੇ ਹੋ, ਜਿਸ ਦੇ ਆਲੇ ਦੁਆਲੇ ਦੁਕਾਨਾਂ ਜਿਹੜੀਆਂ ਨੇ, ਸ਼ੋਰੂਮਸ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਬਹੁਤ ਭੀੜ ਭਾੜ ਵਾਲਾ ਇਹ ਏਰੀਆ ਏ, ਪਰ ਇਹ ਫਲਾਈਓਵਰ ਹੈ ਤੇ ਹੇਠਾਂ ਜਿਹੜਾ ਇਲਾਕਾ ਏ ਉੱਥੇ ਦੁਕਾਨਾਂ ਨੇ, ਆਵਾਜਾਈ ਹੈ, ਲੋਕ ਨੇ, ਪਰ ਕਿਉਂਕਿ ਫਲਾਈਓਵਰ ਤੇ ਸੀ ਇਸ ਕਰਕੇ ਜਿਹੜਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋਇਆ। ਆਸ-ਪਾਸ ਦੇ ਜਿਹੜੇ ਏਰੀਆਜ਼ ਜੇ ਵਿੱਚ ਰਹਿੰਦੇ ਲੋਕ ਨੇ ਉਹਨਾਂ ਨੂੰ ਵੀ ਦੂਰ ਭੇਜਿਆ ਗਿਆ, ਦੁਕਾਨਾਂ ਵਾਲਿਆਂ ਦੁਕਾਨਾਂ ਛੱਡ ਕੇ ਦੂਰ ਹੋਏ ਨੇ, ਕਿਉਂਕਿ ਜਿਹੜਾ ਹਾਦਸਾ ਏ ਉਹ ਇਸ ਤੋਂ ਵੀ ਭਿਆਨਕ ਵਾਪਰ ਸਕਦਾ ਸੀ, ਪਰ ਕਿਉਂਕਿ ਫਲਾਈਓਵਰ ਸੀ, ਗੱਡੀਆਂ ਆ ਜਾ ਰਹੀਆਂ ਸੀਗੀਆਂ, ਤਾਂ ਉਸ ਦੌਰਾਨ ਹਾਦਸਾ ਹੁੰਦਾ ਹੈ ਅਤੇ ਤੇਲ ਨਾਲ ਭਰਿਆ ਟੈਂਕਰ ਪਲਟ ਜਾਂਦਾ ਹੈ, ਜਿਸ ਕਾਰਨ ਅੱਗ ਲੱਗ ਜਾਂਦੀ ਹੈ, ਕਿਉਂਕਿ ਟੈਂਕਰ ਜਿਹੜਾ ਸੀਗਾ ਉਸ ਦੇ ਵਿੱਚ ਡੀਜ਼ਲ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਇਹ ਅੱਗ ਜਿਹੜੀ ਆ ਉਹ ਭੜਕ ਗਈ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਮੌਕੇ 'ਤੇ, ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਨੇ, ਵੱਡੇ ਅਧਿਕਾਰੀ ਜਿਹੜੇ ਉਹ ਮੌਕੇ 'ਤੇ ਪਹੁੰਚੇ ਨੇ ਅਤੇ ਜੋ ਟ੍ਰੈਫਿਕ ਹੈ ਉਸਨੂੰ ਡਾਇਵਰਟ ਕੀਤਾ ਗਿਆ ਹੈ ਅਤੇ ਜਿਹੜੀ ਆਵਾਜਾਈ ਹੈ ਜੀ ਟੀ ਰੋਡ 'ਤੇ ਉਹ ਪੂਰਨ ਤੌਰ 'ਤੇ ਰੋਕ ਦਿੱਤੀ ਗਈ ਹੈ। ਦੱਸ ਦਈਏ ਕਿ ਇਹੀ ਸੜਕ ਹੈ ਜਿਹੜੀ ਦਿੱਲੀ ਅੰਮ੍ਰਿਤਸਰ ਨੂੰ ਆਪਸ ਦੇ ਵਿੱਚ ਜੋੜਦੀ ਹੈ, ਗ੍ਰੈਂਡ ਟਰੰਕ ਰੋਡ, ਜੀ ਟੀ ਰੋਡ, ਖੰਨਾ ਦੇ ਨੇੜੇ, ਬੱਸ ਸਟੈਂਡ ਦੇ ਨੇੜੇ ਇਹ ਭਿਆਨਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਤੇਲ ਦੇ ਨਾਲ ਭਰੇ ਟੈਂਕਰ ਨੂੰ ਅੱਗ ਲੱਗ ਗਈ ਹੈ। ਹਾਲਾਂਕਿ ਮੁੱਢਲੀ ਜਾਣਕਾਰੀ ਤੁਹਾਨੂੰ ਦੱਸ ਰਿਹਾ, ਕਿਉਂਕਿ ਮੁੱਢਲੀ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਹਾਲੇ ਤੱਕ ਇਹ ਗੱਲ ਕਲੀਅਰ ਨਹੀਂ ਹੋ ਸਕੀ ਕਿ ਡਰਾਈਵਰ ਜਿਹੜਾ ਹੈ ਉਸਦੀ ਹਾਲਤ ਕਿਸ ਤਰ੍ਹਾਂ ਦੀ ਹੈ, ਕਿਉਂਕਿ ਇੱਕਦਮ ਜਿਹੜਾ ਇਹ ਹਾਦਸਾ ਵਾਪਰਿਆ ਹੈ, ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਹਾਲੇ ਤੱਕ ਦੀ ਜਾਣਕਾਰੀ ਦੇ ਮੁਤਾਬਕ ਪੂਰੀ ਤਰ੍ਹਾਂ ਜਿਹੜਾ ਤੇਲ ਦਾ ਟੈਂਕਰ ਹੈ ਉਹ ਸੜ ਕੇ ਰਾਖ ਹੋ ਗਿਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਖੰਨਾ ਜੀ ਟੀ ਰੋਡ ਦੀਆਂ, ਗ੍ਰੈਂਡ ਟਰੰਕ ਰੋਡ ਹੈ ਅਤੇ ਉਸ ਥਾਂ 'ਤੇ ਹਾਦਸਾ ਵਾਪਰਿਆ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਹਿਲਾਂ ਐਕਸੀਡੈਂਟ ਹੁੰਦਾ, ਐਕਸੀਡੈਂਟ ਤੋਂ ਬਾਅਦ ਤੇਲ ਦਾ ਟੈਂਕਰ ਪਲਟ ਜਾਂਦਾ ਅਤੇ ਉਸਨੂੰ ਭਿਆਨਕ ਅੱਗ ਲੱਗ ਜਾਂਦੀ ਹੈ। ਹਾਲਾਂਕਿ ਜਿਹੜੀਆਂ ਗੱਡੀਆਂ ਆ ਰਹੀਆਂ ਸੀਗੀਆਂ ਉਹ ਬਿਲਕੁਲ ਬੈਕ ਕਰਦੀਆਂ ਨੇ, ਪਿੱਛੇ ਨੂੰ ਹੋ ਜਾਂਦੀਆਂ ਨੇ, ਜਿਹੜੀਆਂ ਦੂਸਰੇ ਪਾਸਿਓਂ ਆ ਰਹੀਆਂ ਸੀ ਉਹਨਾਂ ਨੂੰ ਵੀ ਰੋਕ ਲਿਆ ਜਾਂਦਾ ਹੈ, ਕਿਉਂਕਿ ਅਚਾਨਕ ਜਿਹੜਾ ਇਹ ਹਾਦਸਾ ਹੈ ਉਹ ਵਾਪਰਿਆ ਹੈ, ਡੀਜ਼ਲ ਦੇ ਟੈਂਕਰ ਨੂੰ ਅੱਗ ਲੱਗੀ ਹੈ। ਮੌਕੇ 'ਤੇ ਮੌਜੂਦ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਕੋਸ਼ਿਸ਼ ਕਰ ਰਹੇ ਨੇ, ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਟ੍ਰੈਫਿਕ ਸੁਚਾਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਧੂ ਕੇ ਜਲ ਗਿਆ ਹੈ ਪੂਰੀ ਤਰ੍ਹਾਂ ਦੇ ਨਾਲ ਤੇਲ ਦਾ ਭਰਿਆ ਇਹ ਟੈਂਕਰ। ਤਸਵੀਰਾਂ ਖੰਨਾ ਤੋਂ ਸਾਹਮਣੇ ਆਈਆਂ ਨੇ, ਖੰਨਾ ਜੀ ਟੀ ਰੋਡ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇਹ ਭਿਆਨਕ ਹਾਦਸਾ ਵਾਪਰਿਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਗ ਦੀਆਂ ਲਾਟਾਂ ਜਿਹੜੀਆਂ ਨੇ, ਅੱਗ ਦਾ ਭਾਂਬੜ ਜਿਹੜਾ ਮੱਚ ਰਿਹਾ, ਕਾਲਾ ਧੂੰਆਂ ਜਿਹੜਾ ਹੈ ਉਹ ਆਸਮਾਨ ਦੇ ਵਿੱਚ ਜਾ ਰਿਹਾ ਹੈ। ਬੁਰੀ ਤਰ੍ਹਾਂ ਦੇ ਨਾਲ ਇਹ ਸੜ ਕੇ ਸਵਾਹ ਹੋ ਗਿਆ ਹੈ, ਕਿਉਂਕਿ ਤੇਲ ਜਿਹੜਾ ਹੈ ਉਹ ਜਲਨਸ਼ੀਲਾ, ਬਹੁਤ ਤੇਜ਼ੀ ਦੇ ਨਾਲ ਉਸ ਨੂੰ ਅੱਗ ਲੱਗਦੀ ਹੈ। ਤਸਵੀਰਾਂ ਜਿਹੜੀਆਂ ਨੇ ਬੇਹੱਦ ਭਿਆਨਕ ਨੇ, ਕਿਵੇਂ ਹਾਲਾਂਕਿ ਫਾਇਰ ਬ੍ਰਿਗੇਡ ਦੇ ਵੱਲੋਂ ਕਾਬੂ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ, ਪਰ ਕਿਉਂਕਿ ਡੀਜ਼ਲ ਸੀ, ਡੀਜ਼ਲ ਦੇ ਨਾਲ ਭਰਿਆ ਹੋਇਆ ਟੈਂਕਰ ਸੀਗਾ, ਤਾਂ ਅਚਾਨਕ ਜਿਹੜੀ ਅੱਗ ਲੱਗੀ ਹੈ ਅਤੇ ਅੱਗ ਇੰਨੀ ਭਿਆਨਕ ਸੀ ਕਿ ਉਸ 'ਤੇ ਕਾਬੂ ਪਾਉਣਾ ਵੀ ਮੁਸ਼ਕਿਲ ਹੋ ਰਿਹਾ ਸੀ। ਤਾਂ ਮੌਕੇ 'ਤੇ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਨੇ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਤਸਵੀਰਾਂ ਇੱਕ ਵਾਰ ਫਿਰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ।